ਨਮਸਕਾਰ ਦੋਸਤੋ, ਆਰਬੀ ਲਾਈਵ ਮੀਡੀਆ 'ਚ ਤੁਹਾਡਾ ਸਵਾਗਤ ਹੈ। ਮੈਂ ਹਾਂ ਅੰਸ਼ੂਮਨ ਗਗਨੇਚਾ। ਦੋਸਤੋ, ਮੈਂ ਲਾਈਵ ਹਾਂ ਅਬੋਹਰ ਦੇ ਖੰਡਾ ਸਾਹਿਬ ਚੌਂਕ ਤੋਂ, ਜਿੱਥੇ ਇੱਕ ਵੱਡਾ ਉਪਰਾਲਾ ਜਿਹੜਾ ਪੁਲਿਸ ਵੱਲੋਂ ਕੀਤਾ ਜਾ ਰਿਹਾ। ਸੋ ਤਸਵੀਰਾਂ ਨੇ ਅਬੋਹਰ ਦੇ ਵਿੱਚੋਂ, ਜਿੱਥੇ ਹੈ ਅੱਜ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜੀ ਪਹਿਲੀ ਵਾਰੀ ਜਿਹੜੀ ਇਹ ਕੰਮ ਹੋਣ ਜਾ ਰਿਹਾ। ਤੁਸੀਂ ਦੇਖ ਸਕਦੇ ਹੋ 45 ਜਿਹੜੇ ਹੈ ਸਿਲੈਂਸਰ ਨੇ ਅਤੇ 35-36 ਦੇ ਕਰੀਬ ਜਿਹੜੇ ਆ ਨੇ ਹੋਰਨ ਨੇ, ਜਿਹੜਾ ਟ੍ਰੈਫਿਕ ਪੁਲਿਸ ਵੱਲੋਂ ਅੱਜ ਜਿਹੜਾ ਬੁਲਡੋਜ਼ਰ ਨਾਲ ਜਿਹੜੇ ਆ ਮਿੱਧੇ ਜਾਣਗੇ। ਸੋ ਦੇਖ ਸਕਦੇ ਹੋ ਪੂਰੇ ਜ਼ਿਲ੍ਹੇ ਫਾਲਕ ਵਿੱਚ ਪਹਿਲੀ ਵਾਰੀ ਇਹ ਜਿਹੜਾ ਉਪਰਾਲਾ ਹੋਣ ਜਾ ਰਿਹਾ। ਤੁਸੀਂ ਦੇਖ ਸਕਦੇ ਹੋ ਸੁਰਿੰਦਰ ਸਿੰਘ ਜਿਹੜੇ ਟ੍ਰੈਫਿਕ ਇੰਚਾਰਜ ਮੌਜੂਦ ਨੇ, ਅਤੇ ਤੁਹਾਨੂੰ ਦੇਖ ਸਕਦੇ ਹੋ ਜਿਹੜੇ ਹੈ ਲੋਕ ਬੁਲਟ ਦੇ ਪਟਾਕੇ ਮਾਰਦੇ ਨੇ ਜਾਂ ਜਿਹੜੇ ਬੁਲਟ ਦੇ ਨਾਲ ਜਿਹੜੇ ਆ ਸੈਂਸਰ ਦੇ ਜਿਹੜੇ ਆ ਤੁਸੀਂ ਦੇਖ ਸਕਦੇ ਹੋ ਉਤਾਰੇ ਹੋਏ ਨੇ ਇਹਨਾਂ ਨੇ, ਅਤੇ ਸੈਂਸਰ ਉਤਾਰਨ ਤੋਂ ਬਾਅਦ ਜਿਹੜਾ ਇੱਥੇ ਹੈ ਇਹਨਾਂ ਨੂੰ ਬੁਲਡੋਜ਼ਰ ਆ ਰਿਹਾ, ਬੁਲਡੋਜ਼ਰ ਨਾਲ ਜਿਹੜਾ ਮਿੱਧਿਆ ਜਾਊਗਾ। ਸੋ ਟ੍ਰੈਫਿਕ ਪੁਲਿਸ ਦਾ ਬੜਾ ਵੱਡਾ ਉਪਰਾਲਾ। ਸੋ ਦੋਸਤੋ, ਤੁਸੀਂ ਪਹਿਲੀ ਵਾਰੀ ਤਸਵੀਰਾਂ ਵੇਖੀਆਂ ਹੋਣਗੀਆਂ। ਸੋ ਸਭ ਨਾਲ ਪਹਿਲਾਂ ਦੋਸਤੋ ਵੀਡੀਓ ਉਹਨਾਂ ਦੇ ਪੇਜ 'ਤੇ ਸ਼ੇਅਰ ਕਰੋ, ਫਿਰ ਤੁਹਾਨੂੰ ਦਿਖਾਉਂਦੇ ਹਾਂ ਦੇਖੋ ਕਿੰਨੇ ਸੈਂਸਰ ਜਿਹੜੇ ਉਤਾਰੇ ਹੋਏ ਨੇ, ਕਿੰਨੇ ਹੋਰ ਉਤਾਰੇ ਹੋਏ ਨੇ। ਸੋ ਪੁਲਿਸ ਵੱਲੋਂ ਵਾਰ ਵਾਰ ਅਪੀਲ ਕੀਤੀ ਜਾਂਦੀ ਸੀਗੀ ਵੀ ਇਹੋ ਜਿਹੇ ਜਿਹੜੇ ਹੈ ਸੈਂਸਰ ਨਾ ਲਗਾਏ ਜਾਣ ਮੋਟਰਸਾਈਕਲ 'ਤੇ, ਨਹੀਂ ਤਾਂ ਬੜੀ ਵੱਡੀ ਕਾਰਵਾਈ ਜਿਹੜੀ ਕੀਤੀ ਜਾਊਗੀ। ਦੇਖ ਸਕਦੇ ਹੋ ਸੈਂਸਰ ਜਿਹੜਾ ਆ ਰਿਹਾ, ਅਤੇ ਜਿਹਦੇ ਵੱਲੋਂ ਇੱਥੇ ਹੈ ਬੁਲਟ ਅਤੇ ਹੋਰਨ ਜਿਹੜੇ ਆ ਸਪੈਸ਼ਲ ਹੋਰਨ ਦੇਖ ਸਕਦੇ ਹੋ, ਇਹਨਾਂ ਨੂੰ ਮਿੱਧਿਆ ਜਾਊਗਾ। ਸੋ ਤਸਵੀਰਾਂ ਨੇ ਜ਼ਿਲ੍ਹੇ ਫਾਜ਼ਿਲਕਾ ਦੇ ਅਬੋਹਰ ਸ਼ਹਿਰ ਦੇ ਵਿੱਚੋਂ, ਜਿੱਥੇ ਹੈ ਇੱਕ ਵੱਡਾ ਉਪਰਾਲਾ ਪੁਲਿਸ ਵੱਲੋਂ ਕੀਤਾ ਜਾ ਰਿਹਾ। ਤੁਹਾਨੂੰ ਆਹੀ ਅਪੀਲ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ, ਦੇਖ ਸਕਦੇ ਹੋ ਬੁਲਡੋਜ਼ਰ ਆ ਰਿਹਾ ਅਤੇ ਇਹਨੂੰ ਮਿੱਧਿਆ ਜਾਊਗਾ। ਉਹ ਤਸਵੀਰਾਂ ਨੇ ਅਬੋਹਰ ਦੇ ਖੰਡਾ ਸਾਹਿਬ ਚੌਂਕ ਕੋਲੋਂ ਦੇਖ ਸਕਦੇ ਹੋ। ਇਹ ਆ ਦੇਖੋ ਦੋਸਤੋ, ਮਿਲਣਾ ਸ਼ੁਰੂ ਕਰਤਾ ਹੈ ਬੁਲਡੋਜ਼ਰ, ਬੁਲਾਇਆ ਗਿਆ ਕਿੱਥੇ ਹੈ, ਮਿਧਣਾ ਸ਼ੁਰੂ ਹੋ ਗਿਆ, ਮਿੱਧਿਆ ਜਾਊਗਾ। ਤਸਵੀਰਾਂ ਨੇ ਅਬੋਹਰ ਦੇ ਵਿੱਚੋਂ ਜਿੱਤੇ ਹੈ। ਸੋ ਦਰਸ਼ਕ ਨਾਲ ਜੀ ਪਹਿਲੇ ਵੀਡੀਓ ਨੂੰ ਸ਼ੇਅਰ ਕਰਿਆ ਜੇ, ਬੜਾ ਵੱਡਾ ਉਪਰਾਲਾ ਜਿਹੜਾ ਕੀਤਾ ਜਾ ਰਿਹਾ। ਟ੍ਰੈਫਿਕ ਪੁਲਿਸ ਵੱਲੋਂ ਸੈਂਸਰ ਉਤਾਰੇ ਗਏ ਸੀ ਜਿਹਨਾਂ ਨੂੰ ਇੱਥੇ ਮਿੱਧਿਆ ਜਾ ਰਿਹਾ। ਜੋ ਟ੍ਰੈਫਿਕ ਪੁਲਿਸ ਇੱਥੇ ਮੌਜੂਦ ਹੈ ਜਿਹੜਾ ਮਿੱਧਿਆ ਜਾ ਰਿਹਾ। ਸੋ ਲਗਾਤਾਰ ਜਿਹੜਾ ਵਾਰ ਵਾਰ ਪ੍ਰਯਾਸ ਕੀਤਾ ਜਾ ਰਿਹਾ, ਦੇਖ ਸਕਦੇ ਹੋ ਕਿੰਨੇ ਸੈਂਸਰ ਨੇ ਬਾਹਰੋਂ ਨੇ। ਸੋ ਅਬੋਹਰ ਦੀਆਂ ਤਸਵੀਰਾਂ ਨੇ, ਟ੍ਰੈਫਿਕ ਪੁਲਿਸ ਮੌਕੇ 'ਤੇ ਮੌਜੂਦ ਦੇਖ ਸਕਦੇ ਹੋ। ਟ੍ਰੈਫਿਕ ਪੁਲਿਸ ਦੇ ਇੰਚਾਰਜ ਸੁਰਿੰਦਰ ਸਿੰਘ ਜੀ ਮੌਜੂਦ ਹੈ, ਜਿਹਨਾਂ ਵੱਲੋਂ ਇੱਥੇ ਮਿੱਧਿਆ ਜਾ ਰਿਹਾ। ਸੋ ਦਰਸ਼ਕਾਂ ਨੂੰ ਇਹ ਅਪੀਲ ਹੈ ਵੀਡੀਓ ਨੂੰ ਸ਼ੇਅਰ ਕਰੋ, ਤੁਸੀਂ ਪਹਿਲੀ ਵਾਰ ਨਜ਼ਾਰਾ ਵੇਖਿਆ ਹੋਊਗਾ, ਦੇਖ ਸਕਦੇ ਹੋ ਪੂਰਾ ਇਹਨਾਂ ਨੂੰ ਜਿਹੜਾ ਮਿੱਧਿਆ ਜਾ ਰਿਹਾ ਬੁਲਡੋਜ਼ਰ ਨਾਲ, ਦੇਖ ਸਕਦੇ ਹੋ ਟ੍ਰੈਫਿਕ ਦੇ ਇੰਚਾਰਜ ਸੁਰਿੰਦਰ ਸਿੰਘ ਜੀ ਮੌਜੂਦ ਹੈ। ਸੋ ਦੇਖ ਸਕਦੇ ਹੋ ਤਸਵੀਰਾਂ ਅਬੋਹਰ ਦੀਆਂ ਤਸਵੀਰਾਂ ਨੇ, ਅਬੋਹਰ ਦੇ ਖੰਡਾ ਸਾਹਿਬ ਚੌਂਕ ਤੋਂ ਜਿੱਥੇ ਟ੍ਰੈਫਿਕ ਪੁਲਿਸ ਵੱਲੋਂ ਸਾਰੇ ਜਿਹੜੇ ਇਹਨਾਂ ਨੇ ਸੈਂਸਰਾਂ ਨੂੰ ਮਿੱਧਿਆ ਜਾ ਰਿਹਾ। ਸੋ ਆਵਾਜ਼ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਆਵਾਜ਼ ਆ ਰਹੀ ਹੈ, ਟ੍ਰੈਫਿਕ ਪੁਲਿਸ ਮੌਜੂਦ ਹੈ ਇੱਥੇ, ਜਿਹਨਾਂ ਵੱਲੋਂ ਲਗਾਤਾਰ ਬੜਾ ਵੱਡਾ ਉਪਰਾਲਾ ਕੀਤਾ ਜਾ ਰਿਹਾ ਸੀਗਾ। ਉਪਰਾਲਾ ਕੀ ਕੀਤਾ ਜਾ ਰਿਹਾ ਸੀਗਾ ਵੀ ਜਿਹੜੇ ਹੈ ਬੁਲਟ ਦੇ ਜਿਹੜੇ ਸੈਂਸਰ ਲੱਗੇ ਸੀਗੇ, ਮੋਡੀਫਾਈ ਸੈਂਸਰ, ਉਹਨਾਂ ਨੂੰ ਉਤਾਰਿਆ ਗਿਆ ਸੀਗਾ, ਜਿਸ ਤੋਂ ਬਾਅਦ ਅੱਜ ਬੁਲਡੋਜ਼ ਪਰਮਿਸ਼ਨ ਲੈ ਕੇ ਬੁਲਡੋਜ਼ਰ ਨਾਲ ਜਿਹੜਾ ਇਹਨਾਂ ਨੂੰ ਮਿੱਧਿਆ ਜਾ ਰਿਹਾ। ਤਸਵੀਰਾਂ ਨੇ ਅਬੋਹਰ ਦੇ ਦੇਖ ਸਕਦੇ ਹੋ, ਅਬੋਹਰ ਦੀਆਂ ਤਸਵੀਰਾਂ ਨੇ, ਅਬੋਹਰ ਸ਼ਹਿਰ ਦੇ ਜਿਹੜੇ ਹੈ ਖੰਡਾ ਸਾਹਿਬ ਚੌਂਕ ਤਸਵੀਰਾਂ ਨੇ, ਟ੍ਰੈਫਿਕ ਪੁਲਿਸ ਮੌਕੇ 'ਤੇ ਮੌਜੂਦ ਹੈ, ਜਿਹਨਾਂ ਵੱਲੋਂ ਇਹ ਵੱਡਾ ਉਪਰਾਲਾ ਜਿਹੜਾ ਕੀਤਾ ਜਾ ਰਿਹਾ। ਦੋਸਤੋ, ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਤਾਂ ਕਿ ਇਹ ਜਾਣਕਾਰੀ ਸਾਰੇ ਜ਼ਿਲ੍ਹੇ ਤੱਕ ਪਹੁੰਚ ਸਕੇ। ਸੋ ਆਹੀ ਅਪੀਲ ਕਰਾਂਗੇ ਅਸੀਂ ਵੀ ਕਿ ਬਈ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ, ਕਿਉਂਕਿ ਪਹਿਲੀ ਵਾਰ ਤੁਸੀਂ ਨਜ਼ਾਰਾ ਵੇਖਿਆ ਹੋਊਗਾ ਜ਼ਿਲ੍ਹੇ ਦੇ ਵਿੱਚ ਜਿਹੜਾ ਟ੍ਰੈਫਿਕ ਪੁਲਿਸ ਵੱਲੋਂ ਬੁਲਡੋਜ਼ਰ ਨਾਲ ਜਿਹੜਾ ਮੁੱਦਿਆ ਜਾ ਰਿਹਾ ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ।
ਤੋਂ ਮਿੱਧ ਗਏ ਨੇ ਪਰ ਟੁੱਟ ਨਹੀਂ ਰਹੇ ਗਏ। ਦੇਖ ਸਕਦੇ ਹੋ ਤਸਵੀਰਾਂ ਅਬੋਹਰ ਦੀਆਂ, ਤਸਵੀਰਾਂ ਅਬੋਹਰ ਦੇ ਵਿੱਚ ਦੇ ਹਾਰਨ ਵੀ ਤੋੜੇ ਜਾ ਰਹੇ ਨੇ ਅਤੇ ਸੈਂਸਰ ਵੀ ਜਿਹੜੇ ਤੋੜੇ ਜਾ ਰਹੇ ਨੇ। ਸ਼੍ਰੀ ਅਰੁਣ ਮੋਹਨ ਦੀ ਅਗਵਾਈ ਹੈ, ਅਸੀਂ ਇਹ ਮੁਹਿੰਮ ਚਲਾਈ ਹੋਈ ਸੀਗੀ ਬੁਲਟ ਮੋਟਰਸਾਈਕਲ ਜੋ ਪਟਾਕੇ ਮਾਰ ਰਹੇ, ਅੱਜ ਅਸੀਂ ਉਹ ਨਸ਼ਟ ਕਰ ਰਹੇ ਹਾਂ ਜਿਹੜੇ ਸਲੰਸਰ ਆ ਰਹੇ ਆ ਅਤੇ ਗੱਡੇ ਆ ਰਹੇ। ਕਿੰਨੇ ਬੁਲਟ ਮੋਟਰਸਾਈਕਲ? 45 ਸਲੰਸਰ ਹੈ ਅਤੇ ਕਰੀਬ 36 ਵੱਡੇ ਹਾਰ ਨੇ, ਪ੍ਰੈਸ਼ਰ ਹਾਰ ਨੇ। ਠੀਕ ਹੈ, ਜਿਹੜਾ ਬੰਦਾ ਫਿਰ ਵੀ ਨਹੀਂ ਮੰਨਦਾ, ਜਿਹੜਾ ਬੰਦਾ ਫਿਰ ਵੀ ਨਹੀਂ ਮਤਲਬ ਸਾਡੇ ਕਾਬੂ ਆ ਗਿਆ, ਕਹਿੰਦਾ ਅਸੀਂ 188 ਹੈ। ਠੀਕ ਹੈ, ਉਹਦੇ ਚ ਕਿੰਨਾ ਜੁਰਮਾਨਾ, ਕਿੰਨੀ ਸਜ਼ਾ ਹੋ ਸਕਦੀ ਹੈ? ਦੇਖ ਸਕਦੇ ਹੋ ਟ੍ਰੈਫਿਕ ਇੱਕ ਜੀ ਇਸ ਪਾਸੇ ਆਇਆ, ਇੱਧਰ ਜਦੋਂ ਉੱਥੇ ਇੱਕ ਵੱਡਾ ਸਵਾਲ ਜਿਹੜਾ ਹੈਗਾ ਸਰ ਜੀ, ਇਹ ਚੀਜ਼ ਦੱਸੋ ਵੀ ਇਸ ਤੋਂ ਬਾਅਦ ਜਦੋਂ ਉਹਨੂੰ ਮਿਧਣ ਤੋਂ ਬਾਅਦ ਜਿਹੜਾ ਲੋਹਿਆ ਹੋਊਗਾ ਉਹਦਾ ਕੀ ਕੀਤਾ ਜਾਊਗਾ ਇਸ ਤੋਂ ਬਾਅਦ ਜੀ? ਤਸਵੀਰਾਂ ਨੇ ਅਬੋਹਰ ਦੀਆਂ ਜਿੱਥੇ ਹੈ, ਅਬੋਹਰ ਦੇ ਵਿੱਚ ਜਿਹੜਾ ਬੁਲਟ ਸੈਂਸਰ ਨੂੰ ਮਿੱਧਿਆ ਜਾ ਰਿਹਾ, ਫਟਾਫਟ ਦੋਸਤੋ ਵੀਡੀਓ ਨੂੰ ਸ਼ੇਅਰ ਕਰੋ। ਟ੍ਰੈਫਿਕ ਪੁਲਿਸ ਵੱਲੋਂ ਜਿਹੜੇ ਉਤਾਰੇ ਗਏ ਸੀਗੇ ਬੁਲਟ ਦੇ ਸੈਂਸਰ ਅਤੇ ਹਾਰਨ ਉਤਾਰੇ ਗਏ ਸੀਗੇ, ਜਿਨ੍ਹਾਂ ਤੋਂ ਬਾਅਦ ਇੱਦਾਂ ਮਿੱਟਿਆ ਜਾ ਰਿਹਾ ਬੁਲਡੋਜ਼ਰ ਨਾਲ। ਸੋ ਦਰਸ਼ਕਾਂ ਨੂੰ ਇਹ ਅਪੀਲ ਹੈ ਵੀਡੀਓ ਨੂੰ ਫਟਾਫਟ ਸ਼ੇਅਰ ਕਰ ਦਿਆ ਜੇ ਅਤੇ ਆਹੀ ਜਾਣਕਾਰੀ ਜਿਹੜੀ ਹੈ ਦੇਖ ਸਕਦੇ ਹੋ ਇਹਨੂੰ ਮਿੱਧ ਦਿੱਤਾ ਗਿਆ ਪੂਰਾ। ਸੋ ਦੇਖ ਸਕਦੇ ਹੋ ਪੂਰੇ ਸਲੰਸਰ ਦੋਸਤੋ ਮਿੱਧੇ ਗਏ ਨੇ, ਇਹਨਾਂ ਨੂੰ ਮਿੱਧਣ ਤੋਂ ਬਾਅਦ ਜਿਹੜਾ ਹੁਣ ਇਹ ਕਿਸੇ ਕੰਮ ਦੇ ਨਹੀਂ ਰਹੇ ਗਏ ਦੇਖ ਸਕਦੇ ਹੋ। ਚੂਰਮ ਚੂਰ ਜਿਹੜੇ ਹੋ ਚੁੱਕਿਆ ਹੈ, ਪਰ ਹਾਲਾਂਕਿ ਦੋਸਤੋ ਲੋਹਿਆ ਪੱਕਾ ਲੋਹਿਆ ਪਰ ਇਹਨੂੰ ਟੱਪਕ ਹੀ ਟੁੱਟ ਗਿਆ, ਉਹ ਕੰਮ ਨਹੀਂ ਇੱਥੇ ਹੋਇਆ। ਸੋ ਤਸਵੀਰਾਂ ਨੇ ਅਬੋਹਰ ਦੇ ਜਿੱਥੇ ਆਪਾਂ ਮਰਨ ਵਾਲੀ ਗੱਲ ਹੋ ਜਾਂਦੀ ਸੀਗੀ, ਆਹ ਸਰਾਂ ਨੇ ਬਹੁਤ ਵਧੀਆ ਕੰਮ ਕੀਤਾ ਜੀ, ਅਸੀਂ ਇਹਨਾਂ ਦੇ ਨਾਲ ਖੁਸ਼ ਹੈਗੇ ਜੀ, ਸਾਨੂੰ ਬਹੁਤ ਵਧੀਆ ਕੰਮ ਵਧੀਆ ਲੱਗਿਆ ਜੀ। ਹਾਂਜੀ ਸਰ, ਬਹੁਤ ਵਧੀਆ ਲੱਗਿਆ ਇਹਨਾਂ ਦਾ ਕੰਮ। ਠੀਕ ਹੈ, ਏਸੀ ਬੁਲਡੋਜ਼ਰ ਵਾਲੇ ਜਿਨ੍ਹਾਂ ਵੱਲੋਂ ਵੀ ਇਹਨੂੰ ਪ੍ਰਯਾਸ ਨੂੰ ਵਧੀਆ ਕਿਹਾ ਗਿਆ ਅਤੇ ਇਹਨਾਂ ਵੱਲੋਂ ਜਿਹੜਾ ਪਹਿਲੀ ਵਾਰ ਲੱਗਦਾ ਹੈ ਇਸ ਚੀਜ਼ ਨੂੰ ਤੋੜਿਆ ਗਿਆ। ਸੋ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਦੋਸਤੋ, ਪੂਰੀ ਜਾਣਕਾਰੀ ਤੁਹਾਨੂੰ ਅਸੀਂ ਦਿਖਾਈ ਹੈ ਆਰਬੀ ਲਾਈਵ ਮੀਡੀਆ 'ਚ ਸਭ ਤੋਂ ਪਹਿਲਾਂ। ਦੇਖ ਸਕਦੇ ਹੋ ਵੀਡੀਓ ਨੂੰ ਸ਼ੇਅਰ ਚਲਾ ਚਲਾਓ। ਸੋ ਦੇਖ ਸਕਦੇ ਹੋ ਇੱਕ ਵਾਰੀ ਫਿਰ ਜਿਹੜਾ ਜਿਹੜਾ ਚੜ੍ਹਾਇਆ ਜਾ ਰਿਹਾ ਟ੍ਰੈਫਿਕ ਪੁਲਿਸ ਦੀ ਮੌਜੂਦਗੀ ਦੇ ਵਿੱਚ ਇੱਥੇ ਦੇਖ ਸਕਦੇ ਹੋ ਕਿਉਂ ਜੋ ਚੜਾਇਆ ਜਾ ਰਿਹਾ ਟ੍ਰੈਫਿਕ ਪੁਲਿਸ ਵੱਲੋਂ ਜਿਹੜਾ ਇਹ ਵੱਡਾ ਉਪਰਾਲਾ ਜਿਹੜਾ ਕੀਤਾ ਗਿਆ। ਹਾਲਾਂਕਿ ਟ੍ਰੈਫਿਕ ਪੁਲਿਸ ਨੇ ਅਪੀਲ ਕੀਤੀ ਹੈ ਆਮ ਜਨਤਾ ਨੂੰ ਅਤੇ ਜਿਹੜੇ ਆ ਸ਼ਾਤੀ ਤੱਤਵਾਂ ਨੂੰ ਕਿ ਉਹ ਆਪਦੀ ਹਰਕਤਾਂ ਤੋਂ ਬਾਹਰ ਜਾਂਦੇ, ਮਤਲਬ ਟ੍ਰੈਫਿਕ ਪੁਲਿਸ ਵੱਲੋਂ ਵੀ ਸਖ਼ਤ ਐਕਸ਼ਨ ਜਿਹੜਾ ਲਿਆ ਜਾਊਗਾ। ਦੋਸਤੋ ਵੀਡੀਓ ਨੂੰ ਸ਼ੇਅਰ ਕਰੋ, ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਮੈਂ ਅੰਸ਼ੁਮਨ ਗਰੇਜਾ, ਲਾਲ ਆਪਾਂ ਪਬਲਿਕ ਦਾ ਰਿਵਿਊ ਲੈਂਦੇ ਹਾਂ।
ਦੋਸਤੋ ਜਿੱਦਾਂ ਕਿ ਮੈਂ ਤੁਹਾਨੂੰ ਯਾਦ ਸਰ ਕਿਵੇਂ ਵੇਖਦੇ ਹੋ ਇਸ ਚੀਜ਼ ਨੂੰ ਕਿਉਂਕਿ ਬਹੁਤ ਅੱਛਾ ਬਹੁਤ ਹੀ ਵਧੀਆ ਸਰ ਤੁਹਾਨੂੰ ਕਦੇ ਪਰੇਸ਼ਾਨੀ ਹੁੰਦੀ ਇਹਨਾਂ ਨਾਲ ਜਿਹੜੀ ਬਿਲਕੁਲ ਉੱਤੇ ਜਾਂਦੇ ਪਟਾਕੇ ਮਾਰਦੇ ਜਲ ਜਾਂਦੇ ਖੁਦ ਗਿਰਨੇ ਕਾ ਆਸ਼ੰਕਾ ਹੋ ਜਾਂਦੀ ਹੈ ਇੱਕ ਤਰ੍ਹਾਂ ਸੇ ਗੋਲੀ ਆਈ ओके कई बार सर कस्टमर आपके होंगे उनको भी हां जी सर को होती है बहुत ज्यादा दिक्कत होती है ठीक है सो दोस्तों आम पब्लिक ਨੂੰ ਵੀ ਇਸ ਚੀਜ਼ ਤੋਂ ਪਰੇਸ਼ਾਨੀ ਹੁੰਦੀ ਹੈ ਸੋ ਵੀਡੀਓ ਨੂੰ ਜੋ ਸ਼ੇਅਰ ਕਰੋ ਦੋਸਤੋ ਤੁਹਾਡਾ ਬਹੁਤ ਬਹੁਤ ਧੰਨਵਾਦ ਫਿਲਹਾਲ ਦੋਸਤੋ ਫਿਰ ਤੋਂ ਦੱਸਦਾ ਜਿਹੜੇ ਦਰਸ਼ਕ ਨਵੇਂ ਜੋੜ ਰਹੇ ਉਹਨਾਂ ਨੂੰ ਦੱਸਦਾ ਵੀ ਬੁਲਡੋਜ਼ਰ ਨਾਲ ਜਿਹੜੇ ਆ ਬੁਲਟ ਉਤਾਰੇ ਬੁਲਟ ਦੇ ਜਿਹੜੇ ਆ ਸਲੈਂਸਰ ਉਤਾਰੇ ਗਏ ਸੀਗੇ ਤੇ ਹੋਰ ਨੂੰ ਉਤਾਰੇ ਗਏ ਸੀਗੇ ਉਹਨਾਂ ਨੂੰ ਜਿਹੜਾ ਬੁਲਡੋਜ਼ਰ ਨਾਲ ਮਿੱਧਿਆ ਗਿਆ ਜ਼ਿਲ੍ਹਾ ਫਾਲਕਾ ਦੇ ਵਿੱਚ ਪਹਿਲੀ ਵਾਰ ਜਿਹੜਾ ਇਹ ਉਪਰਾਲਾ ਜਿਹੜਾ ਕੀਤਾ ਗਿਆ ਕਿਉਂਕਿ ਦੱਸਦੀ ਦੋਸਤੋ ਦੇਖ ਸਕਦੇ ਹੋ ਇਹ ਸਲੈਂਸਰ ਹੈ ਜਿਹਨਾਂ ਨੂੰ ਇੱਥੇ ਟ੍ਰੈਫਿਕ ਪੁਲਿਸ ਅਬੋਹਰ ਵੱਲੋਂ ਜਿਹੜਾ ਮਿੱਧਿਆ ਗਿਆ ਹੈ ਜ਼ਿਲ੍ਹਾ ਫਾਲਕਾ ਦੀ ਅਬੋਹਰ ਪੁਲਿਸ ਜਿਹੜੀ ਹੈਗੀ ਹੈ ਦੋਸਤੋ ਆਹੀ ਅਪੀਲ ਹੈ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਇਹ ਜਾਣਕਾਰੀ ਸਾਰਿਆਂ ਤੱਕ ਜਿਹੜੀ ਹੈ ਪਹੁੰਚ ਸਕੇ ਕਿਉਂਕਿ ਬੜਾ ਵੱਡਾ ਉਪਰਾਲਾ ਜਿਹੜਾ ਆਪਾਂ ਕਹਿ ਲਈਏ ਵੀ ਛੋਟਾ ਛੋਟੀ ਮੋਟੀ ਗੱਲ ਨਹੀਂ ਦੋਸਤੋ ਬੜੀ ਵੱਡੀ ਗੱਲ ਹੈ ਕਿ ਵੀ ਜਿਹੜਾ ਟ੍ਰੈਫਿਕ ਪੁਲਿਸ ਅਬੋਹਰ ਵੱਲੋਂ ਜਿਹੜਾ ਇੱਥੇ ਹੈ ਇਹਨੂੰ ਸਲੈਂਸਰ ਪਹਿਲਾਂ ਲਾਏ ਗਏ ਉਸ ਤੋਂ ਬਾਅਦ ਸਰਕਾਰੀ ਪਰਮਿਸ਼ਨ ਲੈ ਕੇ ਇਹਨਾਂ ਨੂੰ ਜਿਹੜਾ ਤੋੜਿਆ ਗਿਆ ਤੋੜਨ ਤੋਂ ਬਾਅਦ ਕੀ ਹੋਇਆ ਦੇਖ ਸਕਦੇ ਇਹਨੂੰ ਜਿਹੜਾ ਕਬਾੜੀਆਂ ਨੂੰ ਵੇਚਿਆ ਜਾਊਗਾ ਅਤੇ ਜੋ ਰਸੀਦ ਹੋਊਗੀ ਜੋ ਪੈਸਾ ਹੋਊਗਾ ਸਰਕਾਰੀ ਖਜ਼ਾਨੇ 'ਚ ਜਾਊਗਾ ਵੀਡੀਓ ਨੂੰ ਸ਼ੇਅਰ ਕਰੋ ਦੋਸਤੋ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮੈਂ ਅੰਸ਼ੁਮਨ ਗਗਨੇਜਾ ਜਲਦ ਹਾਜ਼ਰ ਹਾਂ ਨਵੀਂ ਅਪਡੇਟ ਦੇ ਨਾਲ